ਤੁਹਾਡਾ ਫੋਨ, ਟੀਵੀ ਅਤੇ ਤੁਹਾਡੇ ਘਰ ਦਾ ਹਰ ਸਮਾਰਟ ਡਿਵਾਈਸ ਤੁਹਾਡੀਆਂ ਗੱਲਾਂ ਸੁਣ ਰਿਹਾ ਹੈ। ਕੇਵਲ ਇੱਥੇ ਹੀ ਬਸ ਨਹੀਂ, ਇਹ ਤੁਹਾਡੇ ਵਿਚਾਰ, ਇੱਛਾਵਾਂ ਅਤੇ ਵਿਵਹਾਰ ਨੂੰ ਵੀ ਰਿਕਾਰਡ ਕਰ ਰਹੇ ਨੇ। ਜੀ ਹਾਂ, ਇਹ ਸੱਚਮੁੱਚ ਹੋ ਰਿਹਾ ਹੈ। ਟੈਕਨੋਲੋਜੀ ਦੇ ਜ਼ਰੀਏ ਤੁਹਾਡੇ ਹਰ ਮੂਵਮੈਂਟ ਦੇ ਉੱਤੇ ਨਜ਼ਰ ਰੱਖੀ ਜਾ ਰਹੀ ਹੈ ਅਤੇ ਇਹਨਾਂ ਨੂੰ ਅਜਿਹਾ ਕਰਨ ਦੀ ਪਰਮਿਸ਼ਨ ਦੇਣ ਵਾਲੇ ਵੀ ਅਸੀਂ ਖੁਦ ਹੀ ਹਾਂ। ਦਰਅਸਲ ਅਮਰੀਕੀ ਫਰਮ 404 ਮੀਡੀਆ ਰਿਪੋਰਟ ਦੇ ਵਿੱਚ ਇਹ ਦਾਅਵਾ ਕੀਤਾ ਗਿਆ ਹੈ ਕਿ ਜਦੋਂ ਤੁਸੀਂ ਕੋਈ ਐਪ ਡਾਊਨਲੋਡ ਕਰਦੇ ਹੋ ਜਾਂ ਕਿਸੇ ਐਪ ਨੂੰ ਅਪਡੇਟ ਕਰਦੇ ਹੋ ਤਾਂ ਉਸਨੂੰ ਆਪਣੀ ਗੱਲਬਾਤ ਰਿਕਾਰਡ ਕਰਨ ਦੀ ਵੀ ਤੁਸੀਂ ਪਰਮਿਸ਼ਨ ਦੇ ਦਿੰਦੇ ਹੋ। ਅਸਲ ਦੇ ਵਿੱਚ ਜਦੋਂ ਅਸੀਂ ਕੋਈ ਐਪ ਇੰਸਟਾਲ ਕਰਦੇ ਹਾਂ ਤਾਂ ਕੁਝ ਗਾਈਡਲਾਈਨ ਸਾਨੂੰ ਭੇਜੀਆਂ ਜਾਂਦੀਆਂ ਨੇ ਜੋ ਕਿ ਸਿਕਿਉਰਿਟੀ ਪਰਪਸ ਦੇ ਲਈ ਹੁੰਦੀਆਂ ਨੇ, ਅਤੇ ਲੋਕ ਬਿਨਾਂ ਪੜ੍ਹੇ ਹੀ ਇਸ ਪੂਰੇ ਸਮਝੌਤੇ ਨੂੰ ਹਾਮੀ ਭਰ ਦਿੰਦੇ ਨੇ ਅਤੇ ਇਹ ਵੀ ਚੈੱਕ ਨਹੀਂ ਕਰਦੇ ਕਿ ਅਸੀਂ ਐਪ ਨੂੰ ਗੱਲਬਾਤ ਰਿਕਾਰਡ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ। ਦਰਅਸਲ ਇਹ ਐਪਸ ਐਕਟਿਵ ਲਿਸਨਿੰਗ AI ਟੈਕਨੋਲੋਜੀ ਦੀ ਵਰਤੋਂ ਕਰਕੇ ਫੋਨ ਦੇ ਮਾਈਕ੍ਰੋਫੋਨ ਰਾਹੀਂ ਤੁਹਾਡੀਆਂ ਸਾਰੀਆਂ ਗੱਲਾਂ ਬਾਤਾਂ ਨੂੰ ਰਿਕਾਰਡ ਕਰਦੇ ਨੇ। ਸਿਰਫ ਫੋਨ, ਟੀਵੀ ਹੀ ਨਹੀਂ, ਗੂਗਲ ਅਤੇ ਫੇਸਬੁੱਕ ਵਰਗੀਆਂ ਵੱਡੀਆਂ ਟੈਕਨੋਲੋਜੀ ਕੰਪਨੀਆਂ ਵੀ ਅਜਿਹਾ ਹੀ ਕਰਦੀਆਂ ਨੇ। ਗੱਲਾਂ ਬਾਤਾਂ ਨੂੰ ਆਮ ਤੌਰ 'ਤੇ ਇਸ਼ਤਿਹਾਰਬਾਜ਼ੀ ਦੇ ਲਈ ਵਰਤਿਆ ਜਾਂਦਾ ਹੈ। ਐਕਟਿਵ ਲਿਸਨਿੰਗ ਟੈਕਨੋਲੋਜੀ ਦੇ ਜ਼ਰੀਏ ਸਮਾਰਟਫੋਨਾਂ ਜਾਂ ਕਿਸੇ ਹੋਰ ਸਮਾਰਟ ਡਿਵਾਈਸ ਦੇ ਵਿੱਚ ਰਿਕਾਰਡ ਕੀਤੀਆਂ ਰੀਅਲ ਟਾਈਮ ਗੱਲਬਾਤ ਨੂੰ AI ਦੁਆਰਾ ਉਹਨਾਂ ਦੇ ਸਰਚ ਹਿਸਟਰੀ ਨਾਲ ਮੇਲ ਕੀਤਾ ਜਾਂਦਾ ਹੈ। ਇਸ ਤੋਂ ਬਾਅਦ ਸੰਭਾਵੀ ਗਾਹਕ ਦੇ ਸੋਸ਼ਲ ਮੀਡੀਆ ਖਾਤਿਆਂ 'ਤੇ ਸਮਾਨ ਵਿਗਿਆਪਨ ਦੇ ਦਿੱਤੇ ਜਾਂਦੇ ਨੇ। ਇਹੀ ਕਾਰਨ ਹੈ ਕਿ ਕਿਸੇ ਚੀਜ਼ ਬਾਰੇ ਸਰਚ ਕੀਤੇ ਬਿਨਾਂ ਵੀ ਜਿਵੇਂ ਹੀ ਤੁਸੀਂ ਉਸ ਸੰਬੰਧੀ ਕੋਈ ਗੱਲ ਕਰਦੇ ਹੋ ਤਾਂ ਤੁਹਾਡੇ ਫੋਨ ਦੇ ਉੱਤੇ ਉਸਦੇ ਇਸ਼ਤਿਹਾਰ ਆਉਣੇ ਸ਼ੁਰੂ ਹੋ ਜਾਂਦੇ ਨੇ। ਅਤੇ ਹੁਣ ਅਮਰੀਕੀ ਮਾਰਕੀਟਿੰਗ ਫਰਮ CMG ਨੇ ਡਾਟਾ ਇਕੱਠਾ ਕਰਨ ਦੇ ਲਈ ਇੱਕ ਨਵੀਂ AI ਟੈਕਨੋਲੋਜੀ ਲਾਂਚ ਕੀਤੀ ਹੈ। ਇਸ ਤੋਂ ਇਸ਼ਤਿਹਾਰ ਕੰਪਨੀਆਂ ਖਪਤਕਾਰਾਂ ਦੇ ਵਿਵਹਾਰ ਅਤੇ ਲੋੜਾਂ ਨੂੰ ਬਰੀਕੀ ਦੇ ਨਾਲ ਸਮਝ ਪਾਉਣਗੀਆਂ ਅਤੇ ਰਵਾਇਤੀ ਆਨਲਾਈਨ ਟਰੈਕਿੰਗ ਨਾਲੋਂ ਕਿਤੇ ਜ਼ਿਆਦਾ ਐਡਵਾਂਸ ਹੈ। ਬਿਊਰੋ ਰਿਪੋਰਟ, ਔਨ ਏਅਰ।